ਕੀ ਹਾਲ ਹੈ? ਕਿਵੇਂ ਨਿਜ਼ਾਮ ਚੱਲਦਾ ਪਿਆ ਕਾਰੋਬਾਰ? ਦੋਸਤੋ ਉਧਾਰੀ ਆ ਗਈ ਹੈ, ਦੇਖੋ। ਅੱਛਾ ਦੋਸਤੋ, ਸਾ ਚੰਗੀ ਤਰ੍ਹਾਂ ਜਾਣਦੇ ਹੋ, ਫਿਰ ਆ ਮੁੰਡਾ ਜਿਹੜਾ ਹੈ ਨਾ, ਸਾਰਾ ਸਰੈਕੀ ਕਲਚਰ ਦਾ, ਸਾਰੇ ਸਰੈਕੀ ਇਲਾਕੇ ਦਾ ਬਹੁਤ ਬੜਾ ਯੂਟਿਊਬਰ ਹੈ ਔਰ ਟਿਕਟੋਕਰ ਵੀ ਹੈ। ਅਤੇ ਹੁਣ ਜਿਹੜੇ ਮੈਂ ਖਬਰ ਮਿਲੀ ਹੈ ਨਾ ਕਿ ਇੱਕ ਟਿਕਟੋਕਰ ਵੀ ਹੈ ਔਰ ਯੂਟਿਊਬਰ ਵੀ ਹੈ, ਜ਼ਾਹਿਰ ਮਸਤੋਈ, ਡੀ ਜੀ ਖਾਨ ਨਾਲ ਬਿਲੋਂਗ ਕਰਨ, ਬਲੋਚ ਫੈਮਿਲੀ ਨਾਲ ਤਾਲੁਕ ਹੀ ਨੇ। ਅੱਛਾ, ਉਹਨਾਂ ਨਾਲ ਆਪਾਂ 'ਚ ਉਹਨਾਂ ਦਾ ਕੋਈ ਝਗੜਾ ਸੀ ਗਿਆ ਦੋਸਤੋ? ਗੁਲਫਾਨੀ ਤਾਂ ਗਿਆ, ਮੇਰੀ ਗੁਲਫਾਨੀ ਹੈ, ਸਾਡੇ ਇੱਕ ਦੋਸਤ ਹੈ, ਉਹਨਾਂ ਦੇ ਵਾਲਦ ਸਾਹਿਬ ਦੀ ਨਾਲ ਡੈਥ ਹੋ ਗਈ ਹੈ। ਵਾਲੇਕੁਮ ਦੋਸਤੋ, ਹਾਜ਼ਰ ਹੂੰ ਨਈ ਵੀਡੀਓ ਕੇ ਸਾਥ ਔਰ ਆਜ ਕੇ ਵਲਾਗ ਕਾ ਆਗਾਜ਼ ਕਰਤੇ ਹੈ ਰੱਬ ਜਲੀਲ ਕੇ ਬਾਬਰਕਤ ਨਾਮ ਸੇ ਜੋ ਦਿਲੋਂ ਕੇ ਭੇਦ ਖੂਬ ਜਾਣਤਾ ਹੈ। ਦੋਸਤੋ, ਆਜ ਕੀ ਜਿਤਨੀ ਵੀ ਰੂਟੀਨ ਹੈ, ਰੂਟੀਨ ਕੇ ਜਿਤਨੇ ਵੀ ਕਾਮ ਹੈ, ਆਪਸੇ ਸ਼ੇਅਰ ਕਰੇਂਗੇ। ਅਭੀ ਸੁਬਹ ਸੁਬਹ ਮੈਨੇ ਜਾਣਾ ਹੈ, ਇੱਕ ਗੁਲਖਾਨੀ ਹੈ, ਹਮਾਰੇ ਕਰੀਬੀ ਦੋਸਤ ਹੈ, ਉਨਕੇ ਵਾਲਦ ਸਾਹਿਬ ਕੀ ਡੈਥ ਹੋ ਚੁੱਕੀ ਹੈ ਔਰ ਵਹਾਂ ਪਰ ਜਾਣਾ ਲਾਜ਼ਮੀ ਹੈ। ਵਹਾਂ ਪਰ ਜਾਤੇ ਹੈ, ਵਹਾਂ ਕਾ ਆਪਕੋ ਥੋੜਾ ਸਾ ਮਾਹੌਲ ਦਿਖਾਤੇ ਹੈਂ। ਸਭਸੇ ਪਹਿਲੇ ਆਜ ਕੇ ਵੈਦਰ ਕੀ ਅਪਡੇਟ ਆਪਕੋ ਦੇਤੇ ਹੈਂ। ਮੌਸਮ ਕਦਰੇ ਬਿਹਤਰ ਹੈ, ਸ਼ਦੀਦ ਗਰਮੀ ਅਬ ਨਹੀਂ ਹੈ, ਕੁਛ ਫਰਕ ਹੈ ਪਹਿਲੇ ਸੇ। ਸੂਰਜ ਸਾਹਿਬ ਤਸ਼ਰੀਫ ਲਾ ਚੁੱਕੇ ਹੈਂ, ਹਮਾਰੇ ਜਿਤਨੇ ਪੜੋਸੀ ਦੁਕਾਨਦਾਰ ਹੈ ਉਨਸੇ ਹੈ ਹੈਲੋ ਬੋਲਤੇ ਹੈਂ, ਆਪਕੋ ਵੀ ਦਿਖਾਤੇ ਹੈਂ। ਅੱਜ ਲੇਟ ਹੈ ਵੇ? ਅੱਜ ਗਵਾਂਢੀਆਂ ਦੇ ਸਲੂਟ ਤੇ ਵਧੇ, ਕੀ ਹਾਲ ਹੈ? ਕਿਵੇਂ ਨਿਜ਼ਾਮ ਚੱਲਦਾ ਪਿਆ ਕਾਰੋਬਾਰ? ਸੈੱਟ ਹੈ ਪੱਪੂ, ਘਰ ਛੋੜੀ ਵੇ ਦੁਕਾਨ ਹੈ, ਮਾਸ਼ਾ ਅੱਲਾ। ਲੋਕੇਸ਼ਨ ਹੀ ਚੰਗੀ ਹੈ, ਲੋਕੇਸ਼ਨ ਹੀ ਵੀ ਹੈ ਪੀ। ਚਲੋ ਠੀਕ ਹੈ, ਆਪਣਾ ਕਾਰੋਬਾਰ ਕਰੋ। ਦੋਸਤੋ ਉਧਾਰੀ ਆ ਗਈ ਹੈ, ਦੇਖੋ ਉਹ ਮਿੱਠੀ ਦੂਰ ਉਧਾਰੀ, ਸ਼ਦੀਦ ਤਰੀਨ ਉਧਾਰੀ ਹੈ। ਬਸ ਅਸੀਂ ਬਾਰਿਸ਼ ਦੇ ਵਿੱਚ ਆ ਨਾ, ਮਜ਼ਾ ਆਵੇ ਇਨਸ਼ਾਅੱਲਾ। ਦੂਰ ਹੈ ਸਿਰ ਤੱਕ ਉਧਾਰੀ, ਇਹ ਝੰਡੇ ਤੋਂ ਪਤਾ ਲੱਗ ਸੀ ਸਹੀ। ਯਾ ਨਬੀ ਤਸੱਲੂ ਅਲੈ ਵਾਲਹਿ, ਤੂੰ ਕੁਦਾ ਮੈਂ ਕੁਦਾ, ਤੂੰ ਕੁਦਾ ਮੈਂ ਕੁਦਾ, ਤਸੱਲੀ ਅਲਾ ਤੂੰ ਕੁਦਾ ਮੈਂ ਕੁਦਾ, ਤੂੰ ਕੁਦਾ ਮੈਂ ਕੁਦਾ, ਤੂੰ ਅਮੀਰੇ ਹਾਰੋਂ ਫਕੀਰੇ। ਦੋਸਤੋ ਗੁਲਫਾਨੀ ਤਾਂ ਗਿਆ, ਮੇਰੀ ਗੁਲਫਾਨੀ ਹੈ, ਸਾਡੇ ਇੱਕ ਦੋਸਤ ਹੈ, ਉਹਨਾਂ ਦੇ ਵਾਲਦ ਸਾਹਿਬ ਦੀ ਨਾਲ ਡੈਥ ਹੋ ਗਈ ਹੈ ਔਰ ਸਾਰੇ ਉਹਨਾਂ ਨਾਲ ਤਾਂ ਫੈਮਿਲੀ ਰਿਲੇਸ਼ਨ ਔਰ ਸਾਰੇ ਦਾਦੇ ਪੜਦਾਦੇ ਤੋਂ, ਅਤੇ ਉਹਨਾਂ ਦੀ ਗੁਲਫਾਨੀ ਮੁਕਾਬਣੀ ਤਾਂ ਹੀ ਲਾਜ਼ਮ ਆਈ, ਅਤੇ ਅਬੂ ਜੀ ਵੀ ਗਏ ਔਰ ਮੈਂ ਵੀ ਗਿਆ, ਅਤੇ ਜਿਸ ਟਾਈਮ ਉਸ ਸਾਲ ਤੱਕ ਗੁਲਫਾਨੀ ਮੁਕਤਾ ਕੇ, ਅਤੇ ਉਹਨਾਂ ਦੀ ਦੁਆ ਮਫਰਤ ਕਰਕੇ ਵਾਪਸ ਮੈਂ ਤਾਂ ਪਏ। ਉਹ ਜ਼ੈਦ ਮਸਤੋਈ ਜਿਹੜਾ ਹੈ ਨਾ, ਇੱਕ ਟਿਕਟੋਕਰ ਵੀ ਹੈ ਔਰ ਇੱਕ ਯੂਟਿਊਬਰ ਵੀ ਹੈ, ਨਵਾਂ ਟਿਕਟੋਕਰ ਹੈ ਔਰ ਨਵਾਂ ਯੂਟਿਊਬਰ ਹੈ, ਅਤੇ ਜਿਹੜਾ ਵਿਹਲਾ ਮੁੰਡਾ ਹੈ ਇਹ ਬਹੁਤ ਬੜਾ ਟਿਕਟੋਕਰ ਵੀ ਹੈ ਔਰ ਬਹੁਤ ਬੜਾ ਯੂਟਿਊਬਰ ਵੀ ਹੈ, ਮਿਲੀਅਨ ਦੇ ਵਿੱਚ ਇਹਦੇ ਸਬਸਕ੍ਰਾਈਬਰ ਔਰ ਵਿਊਅਰਸ ਹਨ। ਜ਼ੈਦ ਮਸਤੋਈ ਦੀ ਡੇਲੀ ਦੀ ਵੀਡੀਓ ਆਉਂਦੀ ਖੜੀ ਹੈ ਵਿਹਲਾ ਮੁੰਡਾ ਦੇ ਖਿਲਾਫ, ਔਰ ਇਸ਼ੂ ਕਿਆ ਹੈ? ਇਸ਼ੂ ਇਹ ਕਿ ਉਹ ਆਖਦਾ ਹੈ ਕਿ ਸਾਡੇ ਡੀ ਜੀ ਖਾਨ ਦੇ ਕੁਝ ਦੋਸਤ ਗਏ
ਵੇਲਾ ਮੁੰਡਾ ਕੋਲ ਮਿਲਣ ਵਾਸਤੇ ਉੱਥਾਂ, ਤਾਂ ਵੇਲਾ ਮੁੰਡਾ ਨੇ ਉਹਨਾਂ ਕੋਲ ਸਹੀ ਤਰੀਕੇ ਨਾਲ ਰਿਸੀਵ ਹੀ ਨਹੀਂ ਕੀਤਾ, ਪਾਣੀ ਚਾਹ ਵੀ ਨਹੀਂ ਪੁੱਛਾ, ਅਤੇ ਉਹਨਾਂ ਕੋਲ ਪੈਸੇ ਮੰਗੇ ਨੇ। ਅਤੇ ਉਹ ਉੱਥੋਂ ਬਾਅਦ ਵਾਪਸ ਆ ਗਏ ਮਾਯੂਸ ਸੀ ਕਿ, ਅਤੇ ਜ਼ੈਦ ਮਸਤੋਈ ਨਾਲ ਰਾਬਤਾ ਕੀਤਾ। ਜ਼ੈਦ ਮਸਤੋਈ ਆ ਦੇ ਇਹਨਾਂ ਕੋਲ, ਮੈਂ ਆਪ ਭੇਜਾ ਆਈ ਕਿ ਵੰਜੋ ਵੇਲਾ ਮੁੰਡਾ ਨਾਲ ਮੁਲਾਕਾਤ ਕਰੋ, ਅਤੇ ਉਹਨਾਂ ਕੋਲ ਵੈਲਕਮ ਕਰੇ ਸਨ। ਲੇਕਿਨ ਜਿਹੜੇ ਵਾਪਸ ਹੈ ਤਾਂ ਵੈਲਕਮ ਦੀ ਬਜਾਏ ਉਹ ਨਾਰਾਜ਼ ਸੀ ਗਏ ਹਨ। ਅਤੇ ਇੱਥੋਂ ਜਿਹੜਾ ਨਾ ਗੁੱਸੇ 'ਚ ਆ ਗਈ ਹੈ ਜ਼ੈਦ ਮਸਤੋਈ ਜਿਹੜਾ ਟਿਕਟੋਕਰ ਅਤੇ ਯੂਟਿਊਬਰ ਹੈ, ਅਤੇ ਉਹਦੀ ਡੇਲੀ ਦੀ ਇੱਕ ਵੀਡੀਓ ਵੇਲਾ ਮੁੰਡਾ ਦੇ ਖਿਲਾਫ ਆਉਂਦੀ ਪਈ ਹੈ। ਔਰ ਉਸ ਕੱਲ੍ਹ ਇੱਕ ਬੜਾ ਅਜੀਬ ਉਹ ਗਰੀਬ ਐਲਾਨ ਕੀਤਾ। ਐਲਾਨ ਕਿਹੜਾ ਕੀਤਾ ਉਹ ਵੀ ਤੁਹਾਨੂੰ ਦੱਸਿਆ ਨਾ। ਬੁਨਿਆਦੀ ਇਸ਼ੂ ਇਹ ਹੈ ਕਿ ਜ਼ੈਦ ਮਸਤੋਈ ਯਾਦ ਹੈ ਕਿ ਵੇਲਾ ਮੁੰਡਾ ਪ੍ਰਮੋਸ਼ਨ ਦੇ ਪੈਸੇ ਕਿਉਂ ਗਿੰਦਾ। ਅਸਲ ਇਸ਼ੂ ਇਹ ਉਹ ਆਦਾ ਫਰੀ ਕਰ ਦੇਵੇ ਪ੍ਰਮੋਸ਼ਨ, ਜਿਹੜਾ ਵੀ ਉਹਦੇ ਕੋਲ ਆਉਂਦਾ ਉਹ ਕੋ ਰਿਸਪੈਕਟ ਦੇਵੇ। ਅੱਲਾ ਉਹ ਇੱਕ ਮਸ਼ਹੂਰੀ ਦਿੱਤੀ ਹੈ, ਅੱਲਾ ਪਾਕ ਉਹ ਕੋ ਇੱਕ ਇਜਾਜ਼ ਦਿੱਤਾ ਹੈ, ਅੱਲਾ ਪਾਕ ਉਹ ਕੋ ਇੱਕ ਬਹੁਤ ਬੜਾ ਯੂਟਿਊਬਰ ਬਣਾ ਦਿੱਤਾ ਹੈ। ਗਰੀਬ ਘਰ ਦਾ ਬੱਚਾ ਅੱਜ ਕੱਲ੍ਹ ਲੱਖਾਂ ਕਰੋੜਾਂ ਰੁਪਏ ਕਮਾਉਂਦਾ ਪੀਏ, ਤਾਂ ਉਸ ਕੋਲ ਚਾਹੀਦਾ ਕਿ ਉਹ ਜਿਹੜਾ ਨਾ ਜਿੰਨੇ ਵੀ ਗਰੀਬ ਯੂਟਿਊਬਰ ਹਨ, ਟਿਕਟੋਕਰ ਹਨ ਜਾਂ ਫੇਸਬੁੱਕ ਕੰਟੈਂਟ ਕ੍ਰੀਏਟਰ ਹਨ, ਤਾਂ ਉਹਨਾਂ ਦੀ ਪ੍ਰਮੋਸ਼ਨ ਫਰੀ ਕਰੇ। ਅੱਛਾ, ਇਹ ਵੀ ਕੱਲ੍ਹ ਜ਼ੈਦ ਮਸਤੋਈ ਭਾਈ ਯਾਦ ਪੈਣ ਕਿ ਵੇਲਾ ਮੁੰਡਾ ਜਿਹੜਾ ਹੈ ਨਾ ਉਹਨਾਂ ਲੋਕਾਂ ਕੋਲ ਜਿਹੜੇ ਲੱਖਾਂ ਪੱਤੀ ਹਨ, ਕਰੋੜਾਂ ਪੱਤੀ ਹਨ, ਖਾਂਦੇ ਪੀਂਦੇ ਹਨ, ਅਮੀਰ ਹਨ, ਉਹਨਾਂ ਕੋਲ ਬੇਸ਼ੱਕ ਫੀਸ ਗਿੰਦੇ। ਅੱਛਾ, ਉਹ ਜ਼ਿਕਰ ਕੀਤਾ ਹੈ ਕਿ ਸਾਡੇ ਕੋਲ ਵੇਲਾ ਮੁੰਡਾ ਨੇ ਇੱਕ ਛੋਟੀ ਜਿਹੀ ਵੀਡੀਓ ਬਣਾਉਣ ਦੀ ਮਿਲਣ ਦੀ 60,000 ਰੁਪਏ ਮੰਗੇ ਪ੍ਰਮੋਸ਼ਨ ਦੇ, ਅਤੇ ਅਸਾਂ ਤਾਂ ਇੱਕ ਰੁਪਈਆ ਹੀ ਨਾ ਰੇਸੂੰ। ਅਤੇ ਉਹ ਆ ਕੇ ਇਹ ਜਾਂ ਕੋਈ ਵੀ ਟਿਕਟੋਕਰ ਜਾਂ ਯੂਟਿਊਬਰ ਅਗਰ ਮੇਰੀ ਨਜ਼ਰ 'ਚ ਆ ਗਿਆ ਜਾਂ ਮੈਂ ਕੋਈ ਕਹਿਣ ਦੱਸਾਇਆ ਉਹਦੇ ਬਾਰੇ, ਤਾਂ ਮੈਂ ਉਹਦੇ ਖਿਲਾਫ਼ ਵੀ ਇਵੇਂ ਵੀਡੀਓ ਬਣੇ ਸਾਂ। ਅੱਛਾ, ਕਹਿ ਗੱਲ ਉਹਦੀ ਗੱਲ ਠੀਕ ਵੀ ਹੈ ਕਿ ਜਿੰਨੇ ਗਰੀਬ ਯੂਟਿਊਬਰ ਹਨ ਉਹ ਆਪਣੀ ਰੋਜ਼ੀ ਰੋਜ਼ਗਾਰ ਵਾਸਤੇ, ਆਪਣੇ ਵਾਲਦੈਨ ਦੀ ਸਪੋਰਟ ਵਾਸਤੇ ਅਗਰ ਉਹ ਵਹਿੰਦਨ ਵੇਲਾ ਮੁੰਡਾ ਜਾਂ ਮਸ਼ਹੂਰ ਯੂਟਿਊਬਰ ਜਾਂ ਟਿਕਟੋਕਰ ਜਾਂ ਕੰਟੈਂਟ ਕ੍ਰੀਏਟਰ ਕੋਲ, ਤਾਂ ਉਹਨਾਂ ਕੋਲ ਚਾਹੀਦਾ ਚਲੋ ਬਿਨਾਂ 'ਤੇ ਰਹਿਮ ਨਾ ਕਰਨ, ਇਹ ਜਿਹੜੇ ਗਰੀਬ ਮੁਸਤਹਿਕ ਲੋਕ ਹਨ ਇਹਨਾਂ ਕੋਲ ਪੈਸੇ ਨਾ ਗਿਣ। ਅੱਛਾ, ਤਾਂ ਇਹਦੇ ਅਗੇਂਸਟ ਜਿਹੜਾ ਹੈ ਨਾ ਵੇਲਾ ਮੁੰਡਾ ਦਾ ਵੀ ਇੱਕ ਵੈਲਿਡ ਪੁਆਇੰਟ ਹੈ। ਵੇਲਾ ਮੁੰਡਾ ਆਦਾ ਕਿ ਮੈਂ 2014 ਤੋਂ ਗਿਣ ਕੇ 2024 ਤੱਕ ਮੈਂ ਇੰਤਹਾਈ ਮਿਹਨਤ ਕੀਤੀ ਹੈ, ਮੈਂ ਰਾਤ ਦੇ 3-3, 4-4 ਵਜੇ ਤੱਕ ਜਾਗਦਾ ਰਹੀਆਂ, ਔਰ ਮੈਂ ਗਰੀਬ ਘਰ ਦਾ ਬੱਚਾ ਥੀ ਕਿ ਆਪਣਾ ਪੇਟ ਕੱਟ ਕੇ ਅਤੇ ਮੈਂ ਸਫ਼ਰ ਕਰਕੇ ਵੀਡੀਓਜ਼ ਬਣਾਈਆਂ। ਮੇਰੀ ਬਹੁਤ ਬੜੀ ਮਿਹਨਤ ਹੈ, ਮੇਰੇ ਵਾਲਦਿਆਂ ਦੀ ਮੇਰਾ ਸਪੋਰਟ ਹੈ, ਅਤੇ ਇਲਾਕੇ ਵਾਲਾ ਵੀ ਮੈਂ ਕੋਲ ਤੰਗ ਕੀਤਾ ਹੈ, ਮੇਰੇ 'ਤੇ ਗਾਲੀ ਕੀਤੀਆਂ ਨੇ, ਸਾਰੀਆਂ ਚੀਜ਼ਾਂ ਬਰਦਾਸ਼ਤ ਕਰਕੇ ਜਿਸ ਟਾਈਮ ਮੈਂ ਕਾਮਯਾਬ ਥੀਆਂ, ਤਾਂ ਹੁਣ ਮੇਰਾ ਹੱਕ ਹੈ, ਮੇਰਾ ਰਾਈਟ ਹੈ ਕਿ ਮੇਰੀ ਮਿਹਨਤ ਹੈ, ਮੇਰਾ ਬਿਜ਼ਨਸ ਹੈ, ਮੇਰਾ ਕਾਰੋਬਾਰ ਹੈ। ਕੋਈ ਬੰਦਾ ਵੀ ਆ ਸੀ ਅਗਰ ਉਹ ਪ੍ਰਮੋਸ਼ਨ ਕਰਵੇ ਸੀ ਤਾਂ ਮੈਂ ਉਹਦੇ ਕੋਲ ਪੈਸੇ ਗਿਣ ਸਾਂ, ਅਤੇ ਅਗਰ ਮੈਂ ਆਪਣੀ ਮਰਜ਼ੀ ਨਾਲ ਦਾ ਗਿਣਾਂ ਤਾਂ ਇੱਕ ਅਲੈਦਾ ਚੀਜ਼ ਹੈ, ਮੇਰਾ ਆਪਣਾ ਬਿਜ਼ਨਸ ਹੈ। ਲੇਕਿਨ ਜਿਹੜਾ ਵੀ ਇਹ ਬੰਦਾ ਉਹਦੇ ਵਾਸਤੇ ਮੇਰਾ ਅਸੂਲ ਅਤੇ ਜ਼ਾਬਤਾ ਇੱਕੋ ਹੈ, ਕਿਉਂਕਿ ਉਸ ਵੀ ਅੱਗਾਂ ਵੰਜ ਕੇ ਚੈਨਲ ਕਾਮਯਾਬ ਕਰਕੇ ਪੇਮੈਂਟ ਗਿਣਨੀ ਹੈ, ਉਸ ਵੀ ਪੈਸੇ ਕਮਾਉਣਾ ਹੈ, ਤਾਂ ਮੇਰਾ ਵੀ ਹੱਕ ਹੈ ਕਿ ਮੇਰੀ 10 ਸਾਲ ਦੀ ਮਿਹਨਤ 'ਤੇ, 12 ਸਾਲ ਦੀ ਮਿਹਨਤ 'ਤੇ, ਅਤੇ ਮੈਂ ਆਪਣੀ ਮਿਹਨਤ ਦੀ ਮਜ਼ਦੂਰੀ ਗਿਣਦਾ ਪਿਆਂ, ਪੁਆਇੰਟ ਇਸਦਾ ਵੀ ਵੈਲਿਡ ਹੈ। ਲੇਕਿਨ ਵੇਲਾ ਮੁੰਡਾ ਡਾਇਰੈਕਟ ਜ਼ੈਦ ਮਸਤੋਈ ਕੋਲ ਹਿੱਟ ਨਹੀਂ ਕਰਦਾ ਪਿਆ, ਬਲਕਿ ਜਿਹੜਾ ਵੀ ਉਹਦੇ ਕੋਲ ਯੂਟਿਊਬਰ ਆਉਂਦਾ, ਜਿਹੜਾ ਉਹਦੇ ਕੋਲ ਕੰਟੈਂਟ ਕ੍ਰੀਏਟਰ ਜਾਂ ਮਹਿਮਾਨ ਆਉਂਦਾ, ਤਾਂ ਉਹਨਾਂ ਕੋਲ ਇੰਟਰਵਿਊ ਗਿਣ ਕੇ ਉਹਨਾਂ ਕੋਲ ਪੁੱਛਦਾ, ਲੋਕ ਮੈਂ ਕੋਈ ਇਵੇਂ ਆਦ ਮੈਂ ਪੈਸੇ ਗਿਣਨਾ, ਤੁਸਾਂ ਦੱਸੋ ਕਿਆ ਮੈਂ ਪੈਸੇ ਜਾਇਜ਼ ਗਿਣਨਾ। ਹੁਣ ਕੱਲ੍ਹ ਦੀ ਗੱਲ ਹੈ, ਇੱਕ ਪਾਕਿਸਤਾਨੀ ਸੋਸ਼ਲ ਮੀਡੀਆ ਦਾ ਚੈਨਲ ਹੈ ਡੇਲੀ ਪਾਕਿਸਤਾਨ, ਉਹਦੀ ਐਂਕਰ ਪਰਸਨ ਇਰਮ ਉੱਥਾਂ ਆਈ ਹੋਈ ਆਈ, ਤਾਂ ਉਹਦੇ ਕੋਲ ਹੀ ਵੇਲਾ ਮੁੰਡਾ ਨੇ ਇਹੋ ਸਵਾਲ ਕੀਤਾ, ਔਰ ਉਸ ਵੀ ਆਖਾ ਕਿ ਵੇਲਾ ਮੁੰਡਾ ਅਗਰ ਤੂੰ ਪੈਸੇ ਗਿਣਦਾ ਤਾਂ ਗਿਣਦੀ ਪੈਸੇ, ਮੈਂ ਵੀ ਹਾਂ, ਇਹ ਸਾਰਾ ਰਾਈਟ ਹੈ, ਸਾਰਾ ਹੱਕ ਹੈ। ਲੇਕਿਨ ਜ਼ੈਦ ਮਸਤੋਈ ਦਾ ਇੱਕ ਪੁਆਇੰਟ ਠੀਕ ਹੈ ਕਿ ਬੇਸ਼ੱਕ ਤੂੰ ਅਮੀਰ ਲੋਕਾਂ ਕੋਲ ਪੈਸੇ ਗਿਣ, ਲੇਕਿਨ ਜਿਹੜੇ ਗਰੀਬ ਹਨ, ਮੁਸਤਹਿਕ ਹਨ,
ਜਿਹਦਾ ਘਰ ਦਾ ਰੋਟੀ ਟੁੱਕਰ ਵੀ ਕੋਈ ਨਹੀਂ, ਔਰ ਤੁਹਾਡੇ ਕੋਲ 200 ਕਿਲੋਮੀਟਰ 150 ਕਿਲੋਮੀਟਰ ਸਫ਼ਰ ਕਰਕੇ ਹੈ ਤਾਂ ਯਾਰ ਉਹਨਾਂ ਨਾਲ ਥੋੜ੍ਹੀ ਜਿਹੀ ਰਿਆਇਤ ਕਰਦੇ। ਇਹ ਆਪਾਂ ਤਾਂ ਵੀ ਲੜਦੇ ਪੈਣ ਭਿੜਦੇ ਪੈਣ, ਲੇਕਿਨ ਨਾਂਗ ਸੋਟਿਆਂ ਦੀ ਗੇਮ ਨਹੀਂ, ਜ਼ਬਾਨ ਦੀ ਗੇਮ ਹੈ, ਸੋਸ਼ਲ ਮੀਡੀਆ ਦੀ ਗੇਮ ਹੈ। ਦੇਖਣ ਵਕਤ ਕਿਹੜਾ ਬੰਦਾ ਮਾਤ ਥੀਂਦਾ, ਕਿਹੜਾ ਵਿਨਰ ਥੀਂਦਾ, ਕਿਹੜਾ ਹਰਦਾ। ਅੱਲਾ ਕਰੇ ਕੋਈ ਦਰਮਿਆਨੀ ਰਸਤਾ ਦਿਖੇ ਲਾਵੇ। ਦੋਸਤੋ ਇਜਾਜ਼ਤ ਦੇ ਸੋ, ਵਕਤ ਬਿਲਸੁ ਨਵੀਂ ਵੀਡੀਓ ਦੇ ਨਾਲ ਸਲੂਟ ਠੀਕ ਆ।